ਪੀਰ ਖਾਨਦਾਨ ਬਣਾ ਦਿੱਤਾ ਜਿਹੜੇ ਘੋੜਿਆਂ ਵਿੱਚ ਬੈਠੇ ਹੋਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਚੂਣ ਦਾ ਬਲ ਦੱਸਿਆ। ਇਕੱਠ ਬੁਲਾਇਆ ਬਾਕੀ ਰਿਆਸਤਾਂ ਦੇ ਰਾਜਿਆਂ ਨੂੰ ਇਕੱਠਿਆਂ ਕਰਕੇ ਰਾਜੇ ਭੀਮ ਚੰਦ ਨੇ ਸੰਬੋਧਨ ਕਰਕੇ ਆਖਿਆ, ਉਹ ਰਾਜਿਓ ਬੜੀ ਮੁਸ਼ਕਲ ਵਾਲੀ ਗੱਲ ਆ ਕਿ ਗੋਬਿੰਦ ਸਿੰਘ ਜਦੋਂ ਦਿਨ ਇਵੇਂ ਹੀ ਅਨੰਦਪੁਰ ਵਿੱਚ ਕਰਦਾ ਰਿਹਾ ਤੇ ਆਪਣਾ ਜੂਣਾ ਜਿਹੜਾ ਉਹ ਮੁਸ਼ਕਲ ਹੋ ਜਾਵੇਗਾ। ਰਾਜੇ ਭੀਮ ਚੰਦ ਨੇ ਬਾਈ ਧਾਰ ਦੇ ਰਾਜਿਆਂ ਦੀ ਕਮਾਨ ਹੇਠ ਹਿੰਦੁਸਤਾਨ ਦੇ ਬਾਦਸ਼ਾਹ ਵਿੱਚ ਇੱਕ ਪੱਤਰਕਾ ਲਿਖੀ ਜਿਹਦੇ ਵਿੱਚ ਇਹ ਜ਼ੋਰ ਦਿੱਤਾ, ਐ ਜਾ ਪਨਾ ਗੁਰੂ ਗੋਬਿੰਦ ਸਿੰਘ ਕੋਲੋਂ ਡਰ ਸਾਨੂੰ ਤੇ ਹੈ ਨਹੀਂ। ਉਹ ਇੱਕ ਦਿਨ ਮੰਜਿਲਾਂ ਨੂੰ ਤੈਅ ਕਰਦਾ ਦਿੱਲੀ ਦਰਬਾਰ ਤੱਕ ਵੀ ਪਹੁੰਚ ਜਾਵੇਗਾ। ਬਾਦਸ਼ਾਹ ਸਲਾਮਤ, ਸਾਨੂੰ ਤੇ ਖਤਰਾ ਹੈ ਨਹੀਂ, ਉਹ ਸਰਕਾਰ ਦੇ ਘਰਾਂ ਤੱਕ ਪਹੁੰਚ ਜਾਵੇਗਾ, ਸਰਕਾਰ ਤੱਕ ਪਹੁੰਚ ਕਰੇਗਾ। ਬਾਈ ਧਾਰ ਦੇ ਰਾਜਿਆਂ ਨੇ ਜਿਹੜਾ ਇੱਕ ਚਿੱਠੀ ਰਾਹੀਂ ਦਸਮ ਪਾਤਸ਼ਾਹ ਪਤਰਕਾਰ ਜਿਹੜੀ ਪਹੁੰਚੀ ਆ ਦਿੱਲੀ ਦਰਬਾਰ ਵਿੱਚ ਹਿੰਦੁਸਤਾਨ ਦਾ ਮੀਰ।
ਬਾਦਸ਼ਾਹ ਔਰੰਗਜ਼ੇਬ ਇਸ ਵੇਲੇ ਆਪਣੇ ਤਖ਼ਤ ਦੇ ਉੱਤੇ ਨਹੀਂ ਹੈ। ਇਸ ਵਕਤ ਉਹ ਜਦੋਂ ਚਿੱਠੀ ਪਹੁੰਚੀ ਦਰਬਾਰ ਵਿੱਚ, ਉਹ ਔਰੰਗਾਬਾਦ ਵਿੱਚ ਪਹੁੰਚਿਆ ਹੋਇਆ। ਔਰੰਗਾਬਾਦ ਵਿੱਚ ਕਿਸੇ ਮੁਹਿੰਮ ਉੱਤੇ ਮਰਾਠਿਆਂ ਦੇ ਨਾਲ ਇਹਦੀ ਜੰਗ ਛਿੜੀ ਹੋਈ ਹੈ ਤੇ ਉਸ ਵਕਤ ਤੇ ਉਹ ਇੱਥੇ ਪਹੁੰਚਿਆ ਹੋਇਆ। ਜਿਹੜਾ ਕਾਰਜਕਾਰੀ ਸੂਬੇਦਾਰ ਆਪਣੇ ਹੱਥੀਂ ਥਾਪ ਕੇ ਆਇਆ ਹੋਇਆ ਦਿੱਲੀ ਦਰਬਾਰ, ਉਹਨੇ ਚਿੱਠੀ ਫੜੀ, ਉਹਨੇ ਚਿੱਠੀ ਫੜ ਕੇ ਇਸੇ ਖੇਲਜੀ ਨੂੰ ਦੇ ਕੇ ਅੱਗੇ ਤੋਰ ਦਿੱਤੀ ਤੇ ਉਹ ਔਰੰਗਾਬਾਦ ਵਿੱਚ ਪਹੁੰਚ ਗਿਆ। ਹਿੰਦੁਸਤਾਨ ਦੇ ਬਾਦਸ਼ਾਹ ਨੇ ਚਿੱਠੀ ਨੂੰ ਪੜ੍ਹਿਆ, ਹਿੰਦੁਸਤਾਨ ਦੇ ਬਾਦਸ਼ਾਹ ਨੇ ਚਿੱਠੀ ਨੂੰ ਪੜ੍ਹ ਕੇ ਵਿਚਾਰ ਕੀਤੀ ਕੀ ਹੋਣਾ ਚਾਹੀਦਾ। ਇੱਕ ਆਪਣੇ ਕੋਲੋਂ ਛੋਟੀ ਜਿਹੀ ਪੱਤਰਕਾਰ ਲਿਖ ਕੇ ਆਪਣੇ ਕਾਰਜਕਾਰੀ ਸੂਬੇਦਾਰ ਨੂੰ ਜਾਓ, ਕੋਈ ਚੁਣਵਾਂ ਜਰਨੈਲ ਭੇਜੋ, ਹਿੰਦ ਦੇ ਪੀਰ ਨੂੰ ਉਹਦੇ ਪੈਰ ਹੀ ਮੇੜੀਆਂ ਲਾ ਕੇ, ਉਹਦੇ ਹੱਥ ਕੜੀਆਂ ਲਾ ਕੇ ਸੂਬੇਦਾਰ ਨੇ ਪਹਿਲੀ ਵਾਰ ਵਿੱਚ ਖਰਚਵੀ ਬਾਅਦ ਵਿੱਚ ਆਖਾ ਉੱਠੋ ਕੋਈ ਬਹਾਦਰ, ਉੱਠੋ ਕੋਈ ਪਠਾਣਾ ਦਾ ਪੁੱਤਰ, ਜਿਹੜਾ ਪੈਰੀ ਬੇੜੀਆਂ ਲਾ ਕੇ ਉਹਦੇ ਹੱਥ ਕੜੀਆਂ ਲਾ ਕੇ ਉਹਦੀਆਂ ਮੁਸ਼ਕਲਾਂ ਬਣ ਕੇ ਜਾਓ ਜਿੰਦਾ ਜਾਓ ਮੁਰਦਾ ਸਰਕਾਰ ਦੇ ਪੇਸ਼ ਕਰੇ ਕੋਈ ਨਹੀਂ ਉੱਠਿਆ। ਇਸ ਤੋਂ ਪਹਿਲਾਂ ਕਈ ਜੰਗਾਂ ਹੋ ਚੁੱਕੀਆਂ ਸੀ ਸਤਪੁਰਸ਼ ਦੇ ਪਾਤਸ਼ਾਹ ਮਹਾਰਾਜ ਦੇ ਨਾਲ, ਸੂਰਮੇ ਚੜ੍ਹ ਕੇ ਵੀ ਜਾਂਦੇ ਸੀ ਦਿੱਲੀ ਦਰਬਾਰ ਤੋਂ, ਪਰ ਜਿੰਦਾ ਮੁੜ ਕੇ ਵਾਪਸ ਦਸ਼ਮੇਸ਼ ਪਿਤਾ ਮਹਾਰਾਜ ਕੋਈ ਨਹੀਂ ਸੀ ਆਉਣ ਦਿੰਦੇ। ਇਸ ਗੱਲ ਤੋਂ ਇਹ ਜਾਣੂ ਹੈ ਨੀਵੀਆਂ ਪਾ ਕੇ ਬੈਠੇ ਹੋਏ ਜਰਨੈਲ, ਇੱਕ ਵਾਰੀ ਕਹਿਣ ਦੇ ਨਾਲ ਦੋ ਵਾਰੀ ਕਹਿਣ ਦੇ ਨਾਲ ਕੋਈ ਨਹੀਂ ਉੱਠਿਆ। ਪਾ ਕੇ ਮੱਥੇ ਉੱਤੇ ਵੱਟ ਅੱਖਾਂ ਕਰਕੇ ਲਾਲ ਸੂਬੇਦਾਰ ਕਹਿੰਦਾ ਉਹ ਮਰਦੋ, ਅੱਜ ਪਤਾ ਲੱਗਾ ਸਾਨੂੰ ਬਾਦਸ਼ਾਹ ਨੇ ਆਪਣੀ ਫੌਜ ਵਿੱਚ ਕੋਈ ਸੂਰਮਾ ਹੀ ਭਰਤੀ ਕੀਤਾ, ਸਾਰੇ ਵਿਹੜੇ ਬਿੱਠੇ ਹੋਏ ਆ। ਜਦੋਂ ਇਹ ਕਹਿਣਾ ਮਾਰਿਆ, ਜਦੋਂ ਇਹ ਗੱਲ ਸੁਣੀ, ਇੱਕ ਉੱਚਾ ਲੰਬਾ ਜਵਾਨ ਪਠਾਣਾ ਦਾ ਪੁੱਤ ਜਿੱਤ ਦੀ ਕਿਵਲੀ ਬਜਾ ਕੇ ਉੱਠਿਆ। ਉਹਨੇ ਆਖਿਆ ਖਾਨ ਸਾਹਿਬ ਮੈਂ ਜਾਣਾ, ਉੱਠਿਆ ਲਾ ਕੇ ਆ ਗਿਆ। ਇਹਦਾ ਨਾਮ ਇਤਿਹਾਸ ਨੂੰ ਦੱਸਿਆ ਸੈਫ ਖਾਨ, ਮਨ ਭੋਗੀ ਦਾਰ ਵੱਲੋਂ ਫੌਜ ਦਿੱਤੀ ਗਈ ਕਰਕੇ ਦੂਤ ਪਾਨਾ ਦੇ ਬੀੜੇ ਨੂੰ ਕਾਂਡ ਕਰ ਕਰਦਾ ਚੱਲ ਗਿਆ ਤੇ ਤਲਵਾਰ ਤਲਵਾਰ ਨੂੰ ਹਵਾ ਵਿੱਚ ਲਹਿਰਾ ਕੇ ਮਿਆਨ ਕੀਤੀ। ਇਹਨੇ ਦਰਬਾਰ ਵੱਲੋਂ ਇਹਦੀ ਮਦਦ ਵਾਸਤੇ ਮਨ ਭਾਈਆਂ ਫੌਜਾਂ ਜਿੰਨੀਆਂ ਚਾਹੀਦੀਆਂ ਸੀ, ਇਹਦੇ ਨਾਲ ਚੋਰੀਆਂ ਗਈਆਂ ਮੰਜ਼ਲਾਂ ਨੂੰ ਤਹਿ ਕਰਕੇ ਫੌਜਾਂ ਆ ਰਹੀਆਂ ਨੇ। ਸ੍ਰੀ ਅਨੰਦਪੁਰ ਸਾਹਿਬ ਨੂੰ ਅੱਲਾਹੂ ਦੇ ਨਾਰੇ ਲਾਉਂਦੀਆਂ ਹੋਈਆਂ ਫੌਜਾਂ, ਜੈ ਅਲੀ ਦੇ ਨਾਰੇ ਲਾਉਂਦੀਆਂ ਹੋਈਆਂ ਫੌਜਾਂ ਜਿੰਦੀ ਉਬਲੀ ਵਜਾ ਕੇ ਅਜੇ ਆ ਰਹੇ ਨੇ। ਜਦੋਂ ਅੰਬਾਲੇ ਦੇ ਕੋਲ ਫੌਜਾਂ ਪਹੁੰਚੀਆਂ, ਅੰਬਾਲੇ ਦੇ ਕੋਲ ਹੈ ਨਗਰ ਸੰਢੌਰਾ, ਇਸ ਨਗਰ ਦੇ ਕੋਲ ਪਹੁੰਚੀਆਂ, ਸੈਦ ਖਾਨ ਨੇ ਆਪਣੀ ਫੌਜਾਂ ਨੂੰ ਹੁਕਮ ਕਰਕੇ ਜਰਨੈਲ ਨੇ ਰੋਕ ਦਿੱਤਾ। ਨੇ ਆਖਿਆ ਰੁਕੋ, ਸੈਦ ਖਾਨ ਦੇ ਮਨ ਵਿੱਚ ਆਈ ਗੱਲ, ਇਹਦੀ ਆ ਭੈਣ ਰਹਿੰਦੀ ਇੱਥੇ ਨਸੀਰਾ, ਇਹਨੇ ਆਖਿਆ ਜਾਂਦਾ ਹੋਇਆ ਮਨਾ ਆਪਣੀ ਭੈਣ ਦੇ ਦਿਲਾਰ ਕਰ ਚੱਲ, ਪਤਾ ਨਹੀਂ ਹਿੰਦ ਦੇ ਪੀਰ ਨੇ ਵਾਪਸ ਮੁੜ ਕੇ ਆਉਣ ਦੇਣਾ ਜਾਂ ਨਹੀਂ, ਭੈਣ ਦੇ ਦਿਲਾਰ ਕਰ ਚੱਲ। ਉਹਦੇ ਮੁਕਾਬਲੇ ਉੱਤੇ ਚੱਲੇ ਆ ਹਿੰਦ ਦੇ ਪੀਰ ਦੇ, ਜਿਹਨੇ ਅੱਗੇ ਕੋਈ ਸੂਰਮਾ ਵਾਪਸ ਨਹੀਂ ਆਉਣ ਦਿੱਤਾ। ਭੈਣ ਅੱਲਾਹ ਦੇ ਅੱਗੇ ਜੇ ਉਹ ਦੁਆ ਕਰੇਗੀ ਤੇਰੇ ਵਾਸਤੇ ਤੇਰੀ ਜਿੱਤ ਹੋਵੇਗੀ, ਭੈਣ ਦੀ ਅਸੀਸ ਤੇ ਲੱਗ ਜਾਵੇਗੀ, ਜਾਂਦਾ ਹੋਇਆ ਮਿਲ ਚੱਲ। ਸੈਦ ਖਾਨ ਨੇ ਫੌਜਾਂ ਨੂੰ ਰੁਕਿਆ, ਆਪਣੇ ਘੋੜੇ ਉੱਤੇ ਸਵਾਰ ਹੋਇਆ ਸੈਦ ਖਾਨ, ਜਾ ਆਪਣੀ ਭੈਣ ਦੇ ਦਰਵਾਜ਼ੇ ਨੂੰ ਟਿਕਾਇਆ। ਭੈਣ ਨੇ ਦਰਵਾਜ਼ਾ ਖੋਲ੍ਹਿਆ, ਆਪਣੇ ਵੀਰ ਮਾਨ ਆਏ ਨੂੰ ਜਦੋਂ ਘੋੜੇ ਉੱਤੇ ਸਵਾਰ ਵੇਖਿਆ, ਖੁਸ਼ ਹੋ ਗਈ, ਵੀਰ ਦੇ ਦਲਾਰ ਕਰਕੇ ਭੈਣ ਨਿਹਾਲ 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 ਹੋ ਗਈ, ਖੁਸ਼ੀਆਂ ਦੀ ਕੋਈ ਹੱਦ ਨਹੀਂ ਰਹੀ। ਘੋੜੇ ਉੱਤੇ ਉਤਰਿਆ, ਆਪਣੀ ਭੈਣ ਨੂੰ ਸੈਦ ਖਾਨ
ਭੈਣ ਸੀਰਾ ਨੂੰ ਗੱਲ ਬੱਕਰੀ ਪਾ ਕੇ ਮਿਲਿਆ ਇੱਕ ਦੂਜੇ ਮੋਢੇ ਨਾਲ ਲੱਗੇ ਹੋਏ ਗੱਲਬਾਤ ਚੱਲੀ ਭੈਣ ਸੀਰਾ ਕਹਿਣ ਕੀ ਵੀਰਾ ਇੰਨਾ ਸਮਾਂ ਹੋ ਗਿਆ ਸੈਰ ਖਾਨਾ ਅਜੇ ਭੈਣ ਦੀ ਯਾਦ ਹੀ ਨਹੀਂ ਆਈ ਅੱਜ ਵੀ ਅਸੀਂ ਆਪਣੀ ਭੈਣ ਨੂੰ ਮਿਲਣ ਵਾਸਤੇ ਜਾਈਏ ਚਿਰਾਂ ਬਾਅਦ ਜਾਈਏ ਉਹ ਵੀ ਭੈਣ ਪੈਂਦੀ ਆ ਵੀਰਾ ਕਈ ਗੱਲ ਮੇਰਾ ਚੇਤਾ ਨਹੀਂ ਕਦੇ ਆਇਆ ਇੰਨੇ ਚਿਰਾਂ ਬਾਅਦ ਆਇਆ ਆਪਣੇ ਕੰਮਾਂ ਕਾਰਾਂ ਵਿੱਚ ਰੁੱਝਾ ਜਾ ਰਿਹਾ ਅੱਜ ਸੀਰਾ ਭੈਣ ਵੀ ਇਹੀ ਗੱਲ ਆਪਣੇ ਭਰਾ ਨੂੰ ਕਹਿ ਰਹੀ ਆ ਤੇ ਵੀਰਾ ਥੋੜ੍ਹੇ ਜਿਹੇ ਪੁੱਛੇ ਹੋਏ ਨੇ ਗੱਲਬਾਤ ਕਰਦੇ ਹਾਂ ਆਪਣੇ ਵੀਰ ਨੂੰ ਕਿਹਾ ਹਥਿਆਰਾਂ ਦੇ ਨਾਲ ਸੰਵਾਦ ਹੋਇਆ ਭੈਣ ਹੈਰਾਨ ਹੋ ਗਈ ਕਹਿੰਦੀ ਵੀਰਾ ਇੰਨੀ ਤਿਆਰੀ ਕਰਕੇ ਹਥਿਆਰਾਂ ਦੇ ਨਾਲ ਤਿਆਰ ਹੋ ਕੇ ਉਧਰ ਨੂੰ ਤਿਆਰੀ ਕੀਤੀ ਹੈ ਸੈਦ ਖਾਨ ਦਾ ਭੈਣੇ ਅੱਲਾ ਅੱਗੇ ਦੁਆ ਕਰ ਤੇਰਾ ਵੀਰ ਜਿੱਤ ਕੇ ਆਵੇ ਭੈਣ ਕਹਿੰਦੀ ਉਧਰੋਂ ਜਿੱਤ ਕੇ ਆਵੇ ਕਹਿੰਦਾ ਇੱਥੇ ਤੇਰੇ ਇਲਾਕੇ ਵਿੱਚ ਫੇਰਿਆ ਹੋਇਆ ਇੱਕ ਹਿੰਦ ਦਾ ਪੀਰ ਉਹਦੇ ਪੈਰੀ ਬੇੜੀਆਂ ਲਾ ਕੇ ਉਹਦੇ ਸਰਕਾਰ ਦਾ ਮੈਂ ਭੇਜਿਆ ਹੋਇਆ ਸਰਕਾਰ ਨੇ ਮੈਂ ਜਾਨ ਦੂਦਾ ਜਾਂ ਮੁਰਦਾ ਪੇਸ਼ ਕਰਨਾ ਜਿਸ ਭੈਣ ਨੇ ਜਿਸ ਗੁਰੂ ਤੋਂ ਆਪਣੇ ਪੁੱਤ ਵਾਰੇ ਹੋਣ ਜਿਸ ਭੈਣ ਨੇ ਆਪਣੇ ਸਾਰੇ ਸੋਚੇ ਵਾਰੇ ਹੋਣ ਜਿਸ ਭੈਣ ਨੇ ਆਪਣਾ 700 ਮਰੀਜ਼ ਕੁਰਬਾਨ ਕੀਤਾ ਹੋਵੇ ਜਿਸ ਗੁਰੂ ਤੋਂ ਆਪਣਾ ਪਤੀ ਕੁਰਬਾਨ ਕੀਤਾ ਹੋਵੇ ਉਹ ਭੈਣ ਕਿਵੇਂ ਸੁਣ ਸਕਦੀ ਜੀ ਉਹਦੇ ਮੁਕਾਬਲੇ ਉੱਤੇ ਉਹਦੇ ਪੈਰੀ ਬੇੜੀਆਂ ਲਾ ਕੇ ਉਹਦੇ ਹੱਥ ਫੜੀਆਂ ਲਾ ਕੇ ਮੇਰਾ ਮਾਂ ਗਿਆ ਵੀਰ ਸਰਕਾਰ ਦੇ ਪੇਸ਼ ਕਰੇਗਾ ਪੈਰ ਦੇ ਪੈਰਾਂ ਥੱਲੇ ਮਿੱਟੀ ਹਿੱਲ ਗਈ ਪਰ ਲੋਕੀ ਡੋਲ ਗਈ ਉਹਦੇ ਵਾਸਤੇ ਹਨੇਰਾ ਖਾ ਗਿਆ ਭੈਣ ਵਾਸਤੇ ਭੈਣ ਨੇ ਆਖਿਆ ਵੇ ਵੀਰਾ ਸੈਦ ਖਾਨਾ ਤੂੰ ਭੁੱਲ ਗਿਆ ਤੂੰ ਰਾਹੋਂ ਭੁੱਲ ਗਿਆ ਕੀ ਹੋ ਗਿਆ ਤੇਰੇ ਦਿਮਾਗ ਨੂੰ ਦਸਮ ਪਾਤਸ਼ਾਹ ਮਹਾਰਾਜ ਤੇ ਦੁਨੀਆਂ ਦੇ ਮਾਲਕ ਹੈ ਵੀਰਾ ਜੰਮ ਜੰਮ ਜਾ ਅਨੰਦਪੁਰ ਨੂੰ ਪਰ ਹੰਕਾਰ ਲੈ ਕੇ ਨਹੀਂ ਸੈਦ ਖਾਨਾ ਜੇ ਹੰਕਾਰ ਲੈ ਕੇ ਜਾਵੇਗਾ ਤੇ ਮਾਰਿਆ ਜਾਵੇਗਾ ਨਿਮਰਤਾ ਲੈ ਕੇ ਜਾਵੇਗਾ ਤਰ ਜਾਵੇਗਾ ਭੈਣ ਨਸੀਰਾ ਜਿਵੇਂ ਆਪਣੇ ਵੀਰ ਨੂੰ ਕਹਿ ਰਿਹਾ ਉਹ ਇਸ ਸੰਸਾਰ ਵਿੱਚ ਐਸਾ ਮਾਂ ਨੇ ਪੁੱਤ ਨਹੀਂ ਪੈਦਾ ਕੀਤਾ ਜਿਹੜਾ ਦਸਮ ਪਾਤਸ਼ਾਹ ਮਹਾਰਾਜ ਦੇ ਮੁਕਾਬਲੇ ਉੱਤੇ ਆਵੇ ਤੂੰ ਕੀ ਆ ਜਿਵੇਂ ਗਿਆਨ ਦੇ ਤੀਰ ਮਾਰ ਕੇ ਆਪਣੇ ਵੀਰ ਨੂੰ ਸਮਝਾਉਣਾ ਕਰ ਰਹੀ ਹੈ ਭੈਣ ਨਸੀਰ ਖਾਨ ਸੁਣੀਏ ਨਹੀਂ ਅਜੇ ਮਾਂ ਨੇ ਪੁੱਤ ਪੈਦਾ ਕੀਤਾ ਨਹੀਂ ਜਹਾਨ ਵਿੱਚ ਫੜੇ
ਨਸੀਰਾ ਭੈਣ ਜਿਹੜੇ ਇਤਿਹਾਸ ਵਿੱਚ ਬੀਬਾ ਬੀਬੀ ਨਸੀਰਾ ਦੇ ਨਾਲ ਸਰਕਾਰ ਨੂੰ ਮਿਲਿਆ ਅਤੇ ਉਹ ਬੀਬੀ ਨਸੀਰਾ ਮੇਰੇ ਸਰਕਾਰ ਜੋ ਪੀਰ ਬਦਰੁਦੀਨ ਪੀਰ ਬੁੱਧੂ ਸ਼ਾਹ ਫਕਰ ਉਹ ਸੱਜਦ ਦੀ ਸੁਪਤਨੀ ਹੈ ਬੀਬੀ ਨਸੀਰਾ ਜਿਹਦਾ ਪਰਿਵਾਰ ਹੀ ਗੁਰੂ ਤੋਂ ਆਪਣਾ ਆਪ ਨਿਸ਼ਾਵਰ ਕਰ ਗਿਆ ਜਿਹਨੇ ਆਪਣੇ ਪੁੱਤ ਵਾਰੇ ਹੋਣ ਪਤੀ ਵਾਰਿਆ ਹੋਣ ਪਿਤਾ ਵਾਰਿਆ ਭਰਾ ਵਾਰੇ ਹੋਣ ਮਰੀਦ ਵਾਰੇ ਹੋਣ ਉਹ ਭੈਣ ਕਿਵੇਂ ਸੁਣ ਸਕਦੀ ਸੀ ਇਸ ਬੀਬੀ ਨਸੀਰਾ ਆਓ ਇੱਕ ਕਵਿਤਾ ਕਹਿ ਕੇ ਸਮਾਂ ਜਿਹੜਾ ਸਮਾਪਤੀ ਵੱਲ ਵੱਧ ਜਾ ਰਿਹਾ ਮੈਂ ਖਿਮਾ ਦੇ ਜਾਤ ਹੋਵਾਂ ਮੇਰੇ ਵੀਰਾਂ ਵੱਲੋਂ ਮੇਰੇ ਸਰਕਾਰ ਯੋਗ ਮੇਰਾ ਛੋਟਾ ਭਰਾਤਾ ਸੇਠ ਆਤਮਾ ਸਿੰਘ ਤਲਵਾਰ ਸਿੰਘ ਸੇਠ ਬਿੱਟੂ ਸਤਿਗੁਰ ਦੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਪਰਨ ਪੁੱਤਰ ਦੀ ਦਾਤ ਬਖਸ਼ਣ ਸੰਗਤਾਂ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਕਿਰਪਾ ਕਰਨ ਕਈਆਂ ਦਿਨਾਂ ਤੋਂ ਜਿਨ੍ਹਾਂ ਨੇ ਇਸ ਧਰਤੀ ਦੇ ਨਾਲ ਦਿਨਾਂ ਤੋਂ ਆਪਣੇ ਘਰ ਦੇ ਕੰਮ ਛੱਡ ਕੇ ਤੁਰੇ ਫਿਰੇ ਉਹਨਾਂ ਬੀਜਾਂ ਦੀ ਫਰਮਾਇਸ਼ ਹੈ ਮਹਾਂਪੁਰਖਾਂ ਦੀ ਕਵਿਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਨਗਰਾਂ ਵਾਲੇ ਮਹਾਂਪੁਰਖ ਉਹਨਾਂ ਦੀ ਇੱਕ ਕਵਿਤਾ ਕਹਿ ਕੇ ਢਾਈ ਤਿੰਨ ਮਿੰਟ ਦੀ ਫਿਲਮਾਂ ਦੇ ਨਾਲ ਕਰਵਾਂਗੇ ਕਵਿਤਾ ਆਪਣਾ ਲੈਕਚਰ ਜਿਹੜਾ ਉਹ ਜਿਵੇਂ ਜਿਵੇਂ ਸੁਣਾਂਗੇ ਨਾਲ ਦੀ ਨਾਲ ਕਰੀ ਜਾਣਾ ਉਹਨੇ ਉਸ ਵੇਲੇ ਵੀ ਸਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਗੜਾ ਵਾਲਿਆਂ ਨੇ ਜਿਹੜਾ ਸੰਘਰਸ਼ ਆਰੰਭ ਕੀਤਾ ਸੀ ਉਸ ਸੰਘਰਸ਼ ਵਿੱਚ ਕਿਹੜੇ ਰੋਲੇ ਬਣੇ ਗੁਰੂ ਗ੍ਰੰਥ ਦੇ ਪੰਥ ਦੀ ਰਾਖੀ ਖਾਤਰ ਕਿਹਨਾਂ ਕਿਹਨਾਂ ਨੇ ਆਪਣਾ ਪ੍ਰਵਾਨ ਕੀਤਾ ਆਪਣਾ ਆਪ ਅਤੇ ਕਿਹੜੇ ਕਿਹੜੇ ਆ ਕੇ ਪੰਥ ਦੇ ਦੋਖੀ ਬਣੇ ਉਹਨਾਂ ਨੂੰ ਕਿਹੜੇ ਕਿਹੜੇ ਨੂੰ ਸਿੱਧੇ ਰਾਏ ਪਾਇਆ ਆ ਕਵਿਤਾ ਜਾਗੋ ਜਿਹੜੀ ਭਾਵੇਂ ਤੁਸੀਂ ਸਰਵਣ ਕਰਦੇ ਹੋ ਸਰਵਣ ਕਰਦੇ ਹੋ ਕਵਿਤਾ ਜਿਹੜੀ ਆ ਇਹਦੇ ਜਨਮ ਹੋਏ ਨੂੰ 40-45 ਸਾਲ ਹੋ ਚੁੱਕੇ ਆ ਅੱਜ ਗਾਏ ਅਤੇ ਅੱਜ ਵੀ ਨਵੀਂ ਆ ਸਰਵਣ ਕਰੀਏ ਜਾਗੋ ਮਹਾਂਪੁਰਖਾਂ ਦੇ ਵੇਲੇ ਦੀ ਕਵਿਤਾ ਜਿਹੜੀ ਆ ਆਪਣਾ ਲੈਕਚਰ ਨਾਲ ਦੀ ਨਾਲ ਆਪ ਕਰੇਗੀ ਕਿਉਂ ਬੇਨਤੀ ਕੀਤੀ ਕਵਿਤਾ ਕਿ ਖਿਮਾ ਦੇ ਜਾਜ ਹੋਵਾਂਗੇ ਜੀ ਦੋ ਢਾਈ ਤਿੰਨ ਮਿੰਟ ਦੀ ਕਵਿਤਾ